ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਖਨੌੜੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ 13 ਫਰਵਰੀ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਜਿੱਥੇ ਕਿ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਕਿਸਾਨ ਉੱਥੇ ਪਹੁੰਚੇ ਹੋਏ ਸਨ। ਤਾਂ ਉੱਥੇ ਇੱਕ ਕਿਸਾਨ ਬਲਦੇਵ ਸਿੰਘ ਵੀ ਪਹੁੰਚੇ ਹੋਏ ਸੀ, ਜਿਨ੍ਹਾਂ ਦੀ ਉਮਰ ਕੇ 65 ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਕਿ ਹਾਲਤ ਵਿਗੜਨ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਕਿ ਬਲਦੇਵ ਸਿੰਘ ਨੂੰ ਸਾਹ ਲੈਣ ਵਿੱਚ ਪ੍ਰੋਬਲਮ ਆ ਰਹੀ ਸੀ, ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉੱਥੇ ਰਾਤ ਦੇ ਕਰੀਬ 2:30 ਵਜੇ ਉਹਨਾਂ ਵੱਲੋਂ ਦਮ ਤੋੜ ਦਿੱਤਾ ਗਿਆ। ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਹਨਾਂ ਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਹਨਾਂ ਦੇ ਸਾਥੀ ਕਿਸਾਨਾਂ ਦਾ ਕੀ ਕਹਿਣਾ ਸੀ, ਤੁਸੀਂ ਸੁਣੋ। ਜਗਤਾਰ ਸਿੰਘ ਬਰਸਟ ਬੀਕੇ ਜੋ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਪਟਿਆਲਾ, ਇਹਦਾ ਬਲਦੇਵ ਸਿੰਘ ਦੀ 13 ਤਰੀਕ ਤੋਂ ਹੀ ਖਨੌਰੀ ਬਾਰਡਰ ਦੇ ਉੱਪਰ ਜਦ ਤੋਂ ਆਪਣਾ ਧਰਨਾ ਲੱਗਿਆ ਹੋਇਆ ਉੱਥੇ ਡਟੇ ਹੋਏ ਤੇ ਇਹ ਆਪਣੇ ਪਾਤੜਾ ਬਲਾਕ ਦੇ ਆਗੂ ਤੇ ਬਲਾਕ ਦੇ ਇਹਨਾਂ ਨੂੰ ਉਸ ਦਿਨ ਤੋਂ ਹੀ ਨਾ ਜਦੋਂ ਪਹਿਲਾਂ ਨੇ 13 ਤਰੀਕ ਨੂੰ 14 ਨੂੰ ਇਹਨਾਂ ਨੇ ਅੱਥਰੂ ਗਏ ਤੇ ਗੋਲੇ ਚਲਾਏ ਨੇ, ਉਸ ਦਿਨ ਬੋਮ ਸਿੱਟੇ ਨੇ ਗੋਲੇ ਨਾਲ, ਜਦ ਤੋਂ ਇਹਨਾਂ ਨੂੰ ਸਾਹ ਦੀ ਤਕਲੀਫ ਹੋਣ ਲੱਗ ਗਈ ਤਾਂ ਔਖਾ ਹੋਣ ਲੱਗ ਗਿਆ। ਫਿਰ 21 ਤਰੀਕ ਨੂੰ ਜਦੋਂ ਅਸੀਂ ਅੱਗੇ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਤੇ ਫਿਰ ਇਹਨਾਂ ਨੇ ਜਿਹੜੇ ਡਰੋਨ ਨਾਲ ਗੋਲੇ ਮਾਰਦੇ ਵੱਖਰੀ ਗੱਲ ਸੀ, ਜਿਹੜੇ ਨਾ ਗੰਨਾ ਗੱਲ ਸਿੱਟਦੇ ਉੱਪਰੋਂ ਗੋਲੇ ਜਾਂ ਸਿੱਧੀਆਂ ਗੋਲੀਆਂ ਹੀ ਮਾਰੇ ਨੇ ਵਿੱਚ ਬੰਦਿਆਂ ਦੇ, ਉਹ ਜਿੰਨੇ ਵੀ ਉੱਥੇ ਕਿਸਾਨ ਕੋਈ 60 ਸਾਲ ਦੀ ਉਮਰ ਦੇ ਗੇਟ 'ਚ ਨੇ ਉਹਨਾਂ ਦੇ ਹਲੇ ਹੀ ਵਿੱਚ ਸਾਹ ਘੁੱਟ ਰਹੇ ਨੇ। ਇਹ ਹੌਲੀ ਹੌਲੀ ਜਾ ਕੇ ਅੱਗੇ ਅਸਰ ਕਰਦੀ ਆ ਗੈਸ ਇਹਨਾਂ ਦੀ। ਮੈਂ ਵੀ ਖੁਦ ਉੱਥੇ ਪਹਿਲਾਂ ਆਪਣਾ ਸੰਭੂ ਬਾਰਡਰ 'ਤੇ ਸੀ, 21 ਤਰੀਕ ਨੂੰ ਸਾਡੇ ਵੀ ਉਹਨਾਂ ਨੇ ਮਾਰੇ ਦੇ ਵਿੱਚ ਗੋਲੇ ਇਹ, ਅਸੀਂ ਮੈਂ ਇੱਥੇ ਆ ਕੇ ਨਵਦੀਪ ਬੋਲੀ ਦੇ ਦਵਾਈ ਲਿਆ ਡਾਕਟਰ ਦੇ, ਉਹ ਤੋਂ ਮਾੜਾ ਮਾੜਾ ਫਰਕ ਪੈਣ ਲੱਗਿਆ, ਹਲੇ ਵੀ ਆਵਾਜ਼ ਸਹੀ ਨਹੀਂ ਨਿਕਲਦੀ। ਇਹਨਾਂ ਵੀ ਉੱਥੇ ਨਾ ਜਿਹੜੀ ਦਵਾਈ ਲਈ ਗਏ ਬਾਰਡਰ ਦੇ ਉੱਪਰ ਖਨੌਰੀ, ਉਹ ਜਿਹੜੇ ਸੇਵਾ ਕਰਦੇ ਨੇ ਲੋਕ ਜਾਂ ਆਪਣੇ ਖਾਲਸਾ ਏਡ ਵਾਲੇ, ਅਤੇ ਉੱਥੋਂ ਮਾੜੀ ਮੋਟੀ ਦਵਾਈ ਲੈ ਕੇ ਚੱਲੀ ਗਏ ਇਹ। ਕੱਲ੍ਹ ਜਦੋਂ ਅਸੀਂ ਰੇਲਵੇ ਟਰੈਕ 'ਤੇ ਬੈਠੇ ਸੀ ਪਟਿਆਲੇ, ਸਾਨੂੰ ਫੋਨ ਆਇਆ ਕਹਿੰਦੇ ਵੀ ਇਹਦੀ ਜ਼ਿਆਦਾ ਹਾਲਤ ਖਰਾਬ ਹੋ ਗਈ, ਵੀ ਸਾਹ ਘੁੱਟਣ ਲੱਗ ਗਿਆ। ਔਰ ਉੱਥੋਂ ਇਹਨਾਂ ਨੇ ਪਹਿਲਾਂ ਦਵਾਈ ਪਾਤੜਾ ਦਵਾਈ ਪਾਤੜਾ ਤੋਂ ਰੈਫਰ ਕਰਤਾ ਡਾਕਟਰਾਂ ਨੇ ਵੀ ਰਜਿੰਦਰਾ ਹੋਸਪਿਟਲ ਲੈ ਕੇ ਚੱਲੋ, ਪੂਰੇ ਲਿਆਂਦਾ ਰਾਤ ਨੂੰ ਇਹਨੂੰ ਦਵਾਈ ਚੱਲੀ ਕੁਛ ਚਿਰ ਇਲਾਜ, ਪਰ ਰਾਤ ਨੂੰ 2:30 ਵਜੇ ਦੇ ਗੇਟ 'ਤੇ ਇਹਨਾਂ ਨੂੰ ਸਾਹ ਨਹੀਂ ਆਇਆ, ਮੁੜ ਕੇ ਉੱਚੀ ਬਦਮ ਤੋੜ। ਉਮਰ ਕਿੰਨੀ ਹੈ ਇਹਨਾਂ ਦੀ? ਉਮਰ ਇਹਦੀ 60 ਤੋਂ ਲੈ ਕੇ 62 ਸਾਲ ਦੇ ਵਿੱਚ ਵਿੱਚ ਦੀ, 62 ਸਾਲ ਦੀ ਉਮਰ ਦੇ ਰਹਿਣ ਵਾਲੇ ਆ, ਇਹ ਕੰਗਥਲੇ ਦੇ ਰਹਿਣ ਵਾਲੇ ਆ। ਤੇ ਹੁਣ ਕਿੱਦਾਂ ਦੀ ਮੰਗ ਹੈ ਤੁਹਾਡੀ, ਕਿੱਦਾਂ ਦੀ ਕਾਰਵਾਈ ਦੀ? ਹੁਣ ਸਾਡੀ ਮੰਗ ਹੈ ਵੀ ਜਿਵੇਂ ਜੋ ਸਰਕਾਰ ਵੱਲੋਂ ਜਿਵੇਂ ਪਹਿਲਾਂ ਸ਼ਹੀਦਾਂ ਨੂੰ ਦਿੱਤਾ ਜਾਂਦਾ ਮੁਆਵਜ਼ਾ, ਜਾਂ ਇਹਦੇ ਕਰਜ਼ਾ ਜਿੰਨਾ ਚੜਿਆ ਹੋਇਆ ਕਿਸਾਨ ਜਿਹੜਾ 1 ਕਿੱਲੇ ਦਾ ਮਾਲਕ ਹੈ ਜ਼ਮੀਨ ਦਾ, ਇਹਦੇ ਘਰੇ ਨਾ ਜੋ ਕੱਲ੍ਹ ਦੇਖਿਆ ਜਾ ਕੇ ਥੱਲੇ ਕੱਪੜਾ ਵਿਛਾਉਣ ਨੂੰ ਵੀ ਜਗ੍ਹਾ ਨਹੀਂ ਹੈਗੀ, ਕਿਤੇ 70-20 ਚ ਵਸਾਏ ਨੇ। ਪੋਸਟਮਾਰਟਮ ਨਹੀਂ ਕਰਾਉਂਦੇ ਹੈਗੇ।